ਗੱਲਾਂ ਸਿੱਖੀਆਂ ਨੇ ਜੋ ਮੈਂ ਮਹਿਸੂਸ ਕਰਦੀ ਹਾਂ। ਮੈਂ ਇਹਨਾਂ ਵਾਸਤੇ ਭਾਈ ਸਾਹਿਬ ਜੀ, ਸਰਦਾਰ ਰਾਜਪਾਲ ਸਿੰਘ ਜੀ, ਸਰਦਾਰ ਦਵਿੰਦਰ ਸਿੰਘ ਜੀ ਸਤਿਆਰਥੀ ਯੂਕੇ ਤੋਂ ਆਏ ਹਨ, ਇਹ ਆਪਣੇ ਵੀਰ ਜੀ ਬੈਠੇ ਹਨ, ਸਾਡੇ ਮਹਿੰਦਰ ਸਿੰਘ ਜੀ, ਇਹਨਾਂ ਦਾ ਸਾਰਿਆਂ ਦਾ ਅਸੀਂ ਉਸ ਗੁਰੂ ਜੀ ਦੇ ਓਟ ਆਸਰੇ ਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਇਹਨਾਂ ਦਾ ਵੀ ਸ਼ੁਕਰਾਨਾ ਕਰਦੇ ਹਾਂ ਕਿ ਸਾਨੂੰ ਇੱਕ ਮੌਕਾ ਮਿਲਿਆ ਹੈ ਜੋ ਅਸੀਂ ਇਹਨਾਂ ਦੇ ਵਿਚਾਰ ਸੁਣ ਸਕੀਏ ਇੱਕ ਨਵੇਕਲੇ ਢੰਗ ਦੇ ਨਾਲ, ਕੈਸੇ ਢੰਗ ਦੇ ਨਾਲ ਕਿ ਅਸੀਂ ਬਿਲਕੁਲ ਇੱਕ ਟਾਕ ਇੱਕ ਮਨ ਹੋ ਕੇ ਇਹਨਾਂ ਦੀ ਵਿਚਾਰ ਸੁਣਦੇ ਰਹੇ ਹੋਏ ਹਾਂ। ਹਾਲਾਂਕਿ ਕਾਫੀ ਬੱਚੇ ਥੱਕੇ ਹੋਏ ਵੀ ਹਨ, ਅੱਖਾਂ 'ਚ ਉਹਨਾਂ ਦੀ ਨੀਂਦ ਵੀ ਹੈ ਕਿਉਂਕਿ ਰਾਤੀ ਨਹੀਂ ਨਾ ਸਮੇਂ ਸਿਰ ਸੌਂ ਪਾਉਂਦੇ ਜਾਂ ਸੋਏ। ਸੋ ਇਸ ਕਰਕੇ ਆਪਣੇ ਤੋਂ ਅਸੀਂ ਧਿਆਨ ਰੱਖੀਏ ਕਿ ਸਮੇਂ ਸਿਰ ਆਪਣਾ ਥੋੜ੍ਹਾ ਆਰਾਮ ਕਰ ਲਿਆ ਕਰੀਏ। ਸੋ ਇਹ ਭਾਗਾਂ ਵਾਲੇ ਹਾਂ, ਸੋ ਅੱਛੇ ਵਡਮੁੱਲੜੇ ਸਾਨੂੰ ਵਿਚਾਰ ਮਿਲੇ ਹਨ। ਸਵੇਰੇ ਵੀ ਮੈਂ ਆਪ ਜੀ ਨੂੰ ਕਿਹਾ ਸੀ ਕਿ ਸਾਡੇ ਕੋਲ ਬੜੇ ਅੱਛੇ ਸਕਾਲਰਸ ਪਹੁੰਚ ਰਹੇ ਹਨ ਔਰ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਹੈ। ਸੋ ਬਹੁਤ ਹੀ ਅੱਛਾ ਹੈ ਕਿ ਜੋ ਸਾਰੇ ਨਿਆਲੇ ਪੇਰੈਂਟਸ ਆਏ ਨੇ, ਗਾਰਡੀਅਨਸ ਨੇ, ਟੀਚਰਸ ਨੇ, ਸਾਰੇ ਹੀ ਅਸੀਂ ਇੱਥੇ ਬੈਠ ਕੇ ਅਤੇ ਇਹਨਾਂ ਦੇ ਵਿਚਾਰ ਸੁਣ ਰਹੇ ਹਾਂ। ਸੋ ਸਿੱਖੀ ਸਿੱਖਿਆ ਗੁਰਮ ਵਿਚਾਰ ਨਦਰੀ ਕਰਮ ਲਗਾਏ ਪਾਲ। ਸੋ ਜਿਸ ਸਿੱਖ ਨੇ ਗੁਰੂ ਜੀ ਦੀ ਮੱਤ ਲੈ ਕੇ ਸਿੱਖਿਆ ਸਿੱਖ ਲਈ, ਮੱਤ ਸਿੱਖ ਲਈ, ਆਪਣੇ ਅੰਦਰ ਲੈ ਲਈ, ਉਹਦੇ ਤੇ ਫਿਰ ਉਹ ਚਾਨਣ ਔਰ ਰੋਸ਼ਨੀ ਜੋ ਮੈਨੇ ਸੂਰਜ ਦੀ ਗੱਲ ਕੀਤੀ ਸੀ ਸਾਡੇ ਤੇ ਗਿਆਨ ਦੀ ਰੋਸ਼ਨੀ ਦੇ ਨਾਲ ਸਾਡਾ ਅੰਦਰ ਰੋਸ਼ਨਾਏਗਾ ਮਿਲੇਗੀ। ਸਾਡੇ ਇਸ ਸੰਸਾਰ ਯਾਤਰਾ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਆਉਣ ਵਾਲੀਆਂ ਹਨ ਉਹਨਾਂ ਨਾਲ ਲੜਨ ਦੀ ਵਾਹਿਗੁਰੂ ਜੀ ਸਾਨੂੰ ਬਲ ਬਖਸ਼ਣਗੇ। ਸੋ ਇੱਕ ਵਾਰੀ ਫਿਰ ਸਭ ਦਾ ਬਹੁਤ ਬਹੁਤ ਧੰਨਵਾਦ ਹੈ।